ਅੰਧੇ ਦੀ ਮਾਂ ਮਰ ਗਈ ਹੈ ਗੂੰਗਾ ਵਾਂਗੂ ਕਿਵੇਂ ਦੱਸੇ ਜੀ ਹਾਲਾਤ ਤੇ ਵਧੇ ਔਖੇ ਨਾ ਇਸ਼ਾਰੇ ਨਾਲ ਇਸ਼ਾਰੇ ਨਾਲ ਕਿਵੇਂ ਦੱਸੇ ਸੀ ਇਹ ਤੇ ਅੰਧਾ ਉੱਚਾ ਪਤਾ ਇਸ਼ਾਰਾ ਕਿਵੇਂ ਅਸਲਾਮ ਵਾਲੇਕੁਮ ਦੋਸਤੋ ਮੈਂ ਸਿਕੰਦਰ ਅਤੇ ਤੁਹਾਡੇ ਦੇ ਪਿਓ ਮੇਰਾ ਯੂਟਿਊਬ ਚੈਨਲ ਵਿਲੇਜ ਵਲੌਗਰ ਅੱਜ ਸਾਡੇ ਸ਼ਹਿਰ ਜੱਖਲ ਇਮਾਮ ਸ਼ਾਹ ਦੇ ਅੰਦਰ ਮੇਲਾ ਹੈ ਯਾਨੀ ਕਿ ਉਰਸ ਹੈ ਅਤੇ ਅਸਾਂ ਇਹ ਵਧਿਆ ਉਡਈ ਕਿ ਲੋਕਾਂ ਕੋਲੋਂ ਕੁਝ ਸਵਾਲ ਪੁੱਛਦੇ ਪਏ ਸਵਾਲਾਂ ਦੇ ਬੇਲੀ ਜਵਾਬ ਦੇ ਸਨ ਕਾਮਨ ਸੈਂਸ ਅਸਲਾਮ ਵਾਲੇਕੁਮ ਵਾਲੇਕੁਮ ਸਲਾਮ ਸਰ ਬਾਈ ਜਾਨ ਤੁਹਾਡਾ ਨਾਂ ਕਿਆ ਹੈ ਮੁਹੰਮਦ ਅਕਮਲ ਅੱਛਾ ਪਹਿਲਾਂ ਇਹ ਦੱਸੋ ਇੱਥੋਂ ਦਾ ਉਸ ਦਾ ਨਿਜ਼ਾਮ ਕਿਵੇਂ ਲੱਗਦਾ ਵਾ ਬਸ ਠੀਕ ਹੈ ਅਲਹਮਦੁਲਿਲਾ ਚੰਗਾ ਯਾਨੀ ਕਿ ਨਿਜ਼ਾਮ ਚੱਲਦਾ ਪਿਆ ਹਿਸਾਬ ਨਾਲ ਠੀਕ ਹੈ ਜਿਤਨਾ ਹਿਸਾਬ ਹੈ ਇਲਾਕੇ ਦਾ ਹਾਂ ਦਰਿਆਈ ਸਾਈਡ ਹੈ ਟ੍ਰੈਵਲ ਏਰੀਆ ਇਹਨਾਂ ਹਿਸਾਬ ਨਾਲ ਠੀਕ ਹੈ ਮਾਸ਼ਾ ਅੱਲਾ ਮਾਸ਼ਾ ਅੱਲਾ ਅਸਾਂ ਤੁਹਾਡੇ ਕੋਲ ਇੱਕ ਛੋਟਾ ਜਿਹਾ ਸਵਾਲ ਪੁੱਛਣ ਜਾਣੋ ਜੀ ਜੀ ਪੁੱਛ ਸਕਦਾ ਹਾਂ ਹਾਂ ਪੁੱਛੋ ਅੰਧੇ ਦੀ ਗਈ ਹੈ ਮਾਂ ਮਰ ਗੂੰਗਾ ਕਿਵੇਂ ਦੱਸੇ ਸੀ ਅੰਧੇ ਦੀ ਮਾਂ ਮਰ ਗਈ ਹੈ ਗੂੰਗਾ ਉਹ ਕਿਵੇਂ ਦੱਸੇ ਸੀ ਅੰਧੇ ਦੀ ਮਾਂ ਮਰ ਗਈ ਗੂੰਗਾ ਉਹ ਕਿਵੇਂ ਦੱਸੇ ਸੀ ਹਾਲਾਤ ਤੇ ਵਧੇ ਔਖੇ ਨੇ ਅੰਧੇ ਦੀ ਮਾਂ ਮਰ ਗਈ ਗੂੰਗਾ ਉਹ ਕਿਵੇਂ ਦੱਸੇ ਸੀ ਠੀਕ ਹੈ ਨਾ ਜਿਹੜੀ ਅੰਧੇ ਦੀ ਮਾਂ ਗਈ ਮਰ ਗੂੰਗਾ ਉਹ ਆ ਤੇ ਉਹ ਟੁਰੇ ਸੀ ਹੱਥ ਲੈ ਸੀ ਉਹਦੇ ਕਾਨੇ ਤੇ ਆ ਸਕਦੇ ਬੋੜਾ ਤੇ ਕਹਿ ਨਹੀਂ ਆਉਂਦਾ ਏ ਆਖੇ ਅੱਧਾ ਤੇਰੀ ਮਾਂ ਮਰ ਗਈ ਏ ਗੂੰਗਾ ਕਿਵੇਂ ਆਖਦੀ ਗੂੰਗਾ ਲੈਣਾ ਤੇ ਕਹਿ ਨਹੀਂ ਅਸਲਾਮ ਵਾਲੇਕੁਮ ਵਾਲੇਕੁਮ ਸਲਾਮ ਕੀ ਹਾਲ ਹੈ ਭਾਈ ਜਾਨ ਠੀਕ ਹੋ ਠੀਕ ਅਲਹਮਦੁਲਿਲਾ ਪਹਿਲਾਂ ਸਭ ਕੋਈ ਦੱਸੋ ਤੁਸੀਂ ਕਿਹੜੇ ਇਲਾਕੇ ਤੋਂ ਆਏ ਹੋ ਅਸਾਂ ਸ਼ਾਹਜਮਾਲ ਤੋਂ ਆਏ ਹੋ ਮਾਸ਼ਾ ਅੱਲਾ ਉਸ ਤੇ ਆਏ ਹੋਏ ਨਾ ਜੀ ਮਾਸ਼ਾ ਅੱਲਾ ਮਾਸ਼ਾ ਅੱਲਾ ਇੱਕ ਸਾਡਾ ਯਾਨੀ ਕਿ ਪਹਿਲਾਂ ਆਪਣਾ ਨਾਂ ਸ਼ਰੀਫ ਦੱਸੋ ਚਾਹਤਾ ਨਾਂ ਸ਼ਰੀਫ ਮੁਹੰਮਦ ਅਮਜਦ ਅਮਜਦ ਮਾਸ਼ਾ ਅੱਲਾ ਇੱਕ ਤੁਹਾਡੇ ਕੋਲ ਸਵਾਲ ਪੁੱਛਦਾ ਹਾਂ ਜਵਾਬ ਦੇਸੋ ਜੀ ਬਿਲਕੁਲ ਸਾਡਾ ਸਵਾਲ ਇਹ ਹੈ ਕਿ ਗੁੰਗੇ ਦੀ ਗਈ ਹੈ ਮਾਂ ਮਰ ਗੁੰਗੇ ਦੀ ਗਈ ਮਾਂ ਮਰ ਅੰਧਾ ਉਹ ਕੁੱਕੀ ਮੇ ਦੱਸੇ ਸੀ ਇਸ਼ਾਰੇ ਨਾਲ ਇਸ਼ਾਰੇ ਨਾਲ ਕਿਵੇਂ ਦੱਸੇ ਸੀ ਇਹ ਤੇ ਅੰਧਾ ਉੱਚਾ ਪਤਾ ਇਸ਼ਾਰਾ ਕਿਵੇਂ ਮਿਲਾ ਰੋਸੀ ਰੋਸੀ ਉਹ ਕੀ ਪਤਾ ਉਹਦੀ ਮਾਂ ਮਰ ਗਈ ਕਿਆ ਧੀ ਗਿਆ ਕੰਡਾ ਲਗਾ ਦਿਆ ਹੋਵੇ ਬਲਾ ਦੱਸੇ ਸੀ ਜ਼ਬਾਨ ਨਾਲ ਦੋਹਰਾਏ ਹੋ ਨਾ ਬੰਦੇ ਕੋ ਦੱਸੇ ਸੀ ਵਿਆਹ ਬੰਦਾ ਉਹ ਦੱਸੇ ਸੀ ਅਦਾ ਗੂੰਗਾ ਅਦਾ ਕਿਹੜੇ ਤੇਰੀ ਮਾਂ ਮਰ ਗਈ ਹੈ ਪਹੁੰਚ ਗਈ